वो कहिंदे लॉ एंड ऑर्डर तो लैके तमाम चीजा ते हर फ्रंट ते सरकार ते सवाल खड़े कर रहे ने, कहिंदे सरकार फेल है, कहिंदे 10-10 दिन दे सैशन बुलाउण दा गल करदे ते हुण 2 दिन च ही निबेड़ देना, तां की लगदा है कहिंदे कहणी ते करनी दे विच बहुत ज्यादा अंतर लग रहा है? वेखो इन्ना हुण हर एक वारी सैशन बुलाया जांदा है, नारे लाने बहार आ जाना हूं 5 मिनट पर 10 दिन सैशन का फायदा भी जे तुम उ बैठोगे। रही गल मुद्या की, इन्हों 1 तरीक न बुलाया सीगा उत्थे, चलो किसी प्लेटफॉर्म से तुम कहने गल नहीं हो पाती, उत्थे थानू कहा 40 मिनट देवे, कैमरे का फोकस थोड़े ते होगा, तुम 40 मिनट लोगों आपकी गल रख सकते सीगे। सो जो तुम उत्थे नहीं आए तो इत्थे तुम 5 मिंटा च बहर निकल जाना, कला लोग ये गल समझ गए, इन्ह ने कुछ नहीं करना। मुलक जी तुम जज सीगे, तुहाडी ओ सरकार है, तुम ओ ज्यूरी हो, तुहाडे ही कैमरे ने, कहिंदे साडा तां उत्थे जलील करना सी सानू बुलाउणा। वेखो जज नहीं सीगा उत्थे, मेडिएटर सीगा जिहड़ा सारे नूं वारी सर वारी दिंदा, चलो मान के चलो सारा कुछ साडा सी, मूंह तां तुहाडा ही, बोलना तां तुसीं आप सी कि असीं बुला देना सीगा, ओह तां 40 मिंट लोकां ने तुहानूं वेखणा सी, हैना, ओह चल मन के चलो उत्थे बंदे जिन्ने क बैठे ओह साडे हो सकते आ, दूजे लोग जिहड़े पंजाब दे सारे सोशल मीडिया ते वेखणगे, ओह ओह तां नहीं लोग साडे भाए वे सोशल मीडिया दे, ओह तां तुहाडे वी होणगे, अकाली दल दे वी होणगे, होर पार्टियां दे वी न्यूट्रल लोग वी होणगे, ओह तुहानू वेखदे सुणदे। सो इह गल्लां दा ना हुण कोई तंत है नहीं गा इन्हां गल्लां च, बस ऑर्डर ते बहुत सवाल खड़े करते सुल्तानपुर लोधी। वेखो अज दे समें दे विच पंजाब इन्ना लॉ एंड ऑर्डर की सिचुएशन दे विच मेरे हिसाब नाल कई सूबे नालों चंगा, ठीक है। दूजी गल यह आ भी इन्हां दे समें की हुंदा रहा, इह आप दे समें भुल जांदे आ। सो हर गल ते सवाल चुकना, मतलब मैनू हुण नॉर्मली गल आ भी सैशन की गल करते सीगे, हुण भी 10 दिन होना चाहिए, जदों आपां 5 मिंट भी सैशन च बहना नहीं, नारे ला के बाहर आ जाना, तो फिर सैशन 10 दिन का होवे भावें 1 दिन का फर्क की पैना, ਲੋਕਾਂ ਦਾ ਜਿਹੜਾ ਪੈਸਾ ਲੱਗ ਰਿਹਾ ਉਹਦੀ ਖਾਤਰ ਇੱਥੇ ਕੋਈ ਗੱਲ ਤਾਂ ਕਰਨਗੇ, ਨਹੀਂ ਤਾਂ ਨਾਰੇ ਲਾ ਕੇ 5 ਮਿੰਟਾਂ ਚ ਬਾਹਰ ਐਵੇਂ 10 ਦਿਨਾਂ ਦਾ ਸੈਸ਼ਨ ਖਰਾਬ ਥੋੜੀ ਕਰਨਾ, ਇਹਨਾਂ ਨੇ ਆਉਣਾ ਹੀ ਨਹੀਂ ਜੀ ਉਸ ਸੈਸ਼ਨ ਚ। ਠੀਕ ਹੈ, ਬਹੁਤ ਮਿਹਰਬਾਨੀ। ਸੋ ਜੈਤੋ ਦੇ ਵਿਧਾਇਕ ਕਮੋਲਕ ਸਿੰਘ ਕਹਿੰਦੇ ਵੀ ਮੈਨੂੰ ਪਰਸਨਲੀ ਬਹੁਤ ਖੁਸ਼ੀ ਹੋਊਗੀ ਅਗਰ ਪ੍ਰਤਾਪ ਸਿੰਘ ਬਾਜਵਾ ਸੈਸ਼ਨ ਅਟੈਂਡ ਕਰਦੇ ਨੇ, ਕਹਿੰਦੇ ਬੈਠਣਾ 5 ਮਿੰਟ ਵੀ ਨਹੀਂ ਤੇ 10 ਦਿਨ ਦੇ ਸੈਸ਼ਨ ਦੀ ਜ਼ਿਕਰ ਕਰ ਰਹੇ ਹਾਂ, ਤਾਂ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਵਿਰੋਧੀ ਧਿਰ ਤੇ ਸੱਤਾ ਧਿਰ ਵੱਲੋਂ ਉਠਾਏ ਜਾ ਰਹੇ ਨੇ। ਕੈਮਰਾਮੈਨ ਰੋਸ਼ਨ ਨਾਗ, ਗਗਨ ਸ਼ੁਕਲਾ, ਡੇਲੀ ਪੋਸਟ, ਪੰਜਾਬੀ। ਉਹ ਕਹਿੰਦੇ ਲਾ ਐਂਡ ਆਰਡਰ ਤੋਂ ਲੈ ਕੇ ਤਮਾਮ ਚੀਜ਼ਾਂ ਤੇ ਹਰ ਫਰੰਟ ਤੇ ਸਰਕਾਰ ਤੇ ਸਵਾਲ ਖੜੇ ਕਰ ਰਹੇ ਨੇ, ਕਹਿੰਦੇ ਸਰਕਾਰ ਫੇਲ ਹੈ, ਕਹਿੰਦੇ 10-10 ਦਿਨ ਦੇ ਸੈਸ਼ਨ ਬੁਲਾਉਣ ਦਾ ਗੱਲ ਕਰਦੇ ਤੇ ਹੁਣ 2 ਦਿਨ ਚ ਹੀ ਨਿਬੇੜ ਦੇਣਾ, ਤਾਂ ਕੀ ਲੱਗਦਾ ਹੈ ਕਹਿੰਦੇ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਲੱਗ ਰਿਹਾ? ਵੇਖੋ ਇੰਨਾ ਹੁਣ ਹਰ ਇੱਕ ਵਾਰੀ ਸੈਸ਼ਨ ਬੁਲਾਇਆ ਜਾਂਦਾ, ਇਹਨਾਂ ਨਾਰੇ ਲਾਉਂਦੇ ਬਾਹਰ ਆ ਜਾਣਾ ਹੁਣ 5 ਮਿੰਟ ਤੇ ਪਰ 10 ਦਿਨ ਦੇ ਸੈਸ਼ਨ ਦਾ ਤਾਂ ਫਾਇਦਾ ਵੀ ਜੇ ਤੁਸੀਂ ਉੱਥੇ ਬੈਠੋਗੇ। ਰਹੀ ਗੱਲ ਮੁੱਦਿਆਂ ਦੀ, ਇਹਨਾਂ ਨੂੰ 1 ਤਰੀਕ ਨੂੰ ਬੁਲਾਇਆ ਸੀਗਾ ਉੱਥੇ, ਚਲੋ ਕਿਸੇ ਪਲੇਟਫਾਰਮ ਤੇ ਤੁਸੀਂ ਕਹਿੰਦੇ ਹੋ ਗੱਲ ਨਹੀਂ ਹੋ ਪਾਉਂਦੀ, ਉੱਥੇ ਤੁਹਾਨੂੰ ਕਿਹਾ ਸੀ 40 ਮਿੰਟ ਦੇਵਾਂਗੇ, ਕੈਮਰੇ ਦਾ ਫੋਕਸ ਤੁਹਾਡੇ ਤੇ ਹੋਊਗਾ, ਤੁਸੀਂ 40 ਮਿੰਟ ਲੋਕਾਂ 'ਚ ਆਪਦੀ ਗੱਲ ਰੱਖ ਸਕਦੇ ਸੀਗੇ। ਸੋ ਜਦੋਂ ਤੁਸੀਂ ਉੱਥੇ ਨਹੀਂ ਆਏ ਤੇ ਇੱਥੇ ਤੁਸੀਂ 5 ਮਿੰਟਾਂ 'ਚ ਬਾਹਰ ਨਿਕਲ ਜਾਣਾ, ਕੱਲਾ ਲੋਕ ਇਹ ਗੱਲਾਂ ਸਮਝ ਗਏ ਆ, ਇਹਨਾਂ ਨੇ ਕੁਛ ਨਹੀਂ ਕਰਨਾ। ਮੁਲਕ ਜੀ ਤੁਸੀਂ ਉਹ ਜੱਜ ਸੀਗੇ, ਤੁਹਾਡੀ ਉਹ ਸਰਕਾਰ ਹੈ, ਤੁਸੀਂ ਉਹ ਜਿਊਰੀ ਹੋ, ਤੁਹਾਡੇ ਹੀ ਕੈਮਰੇ ਨੇ, ਕਹਿੰਦੇ ਸਾਡੇ ਤਾਂ ਉੱਥੇ ਜ਼ਲੀਲ ਕਰਨਾ ਸੀ ਸਾਨੂੰ ਬੁਲਾਉਣਾ। ਵੇਖੋ ਜੱਜ ਨਹੀਂ ਸੀਗਾ ਉੱਥੇ, ਮੈਡੀਏਟਰ ਸੀਗਾ ਜਿਹੜਾ ਸਾਰਿਆਂ ਨੂੰ ਵਾਰੀ ਸਿਰ ਵਾਰੀ ਦਿੰਦਾ, ਚਲੋ ਮੰਨ ਕੇ ਚੱਲੋ ਸਾਰਾ ਕੁਛ ਸਾਡਾ ਸੀ, ਮੂੰਹ ਤਾਂ ਤੁਹਾਡਾ ਹੀ, ਬੋਲਣਾ ਤਾਂ ਤੁਸੀਂ ਆਪ ਸੀ ਕਿ ਅਸੀਂ ਬੁਲਾ ਦੇਣਾ ਸੀਗਾ, ਉਹ ਤਾਂ 40 ਮਿੰਟ ਲੋਕਾਂ ਨੇ ਤੁਹਾਨੂੰ ਵੇਖਣਾ ਸੀ, ਹਨਾ, ਉਹ ਚੱਲ ਮੰਨ ਕੇ ਚੱਲੋ ਉੱਥੇ ਬੰਦੇ ਜਿੰਨੇ ਕੁ ਬੈਠੇ ਉਹ ਸਾਡੇ ਹੋ ਸਕਦੇ ਆ, ਦੂਜੇ ਲੋਕ ਜਿਹੜੇ ਪੰਜਾਬ ਦੇ ਸਾਰੇ ਸੋਸ਼ਲ ਮੀਡੀਆ ਤੇ ਵੇਖਣਗੇ, ਉਹ ਤਾਂ ਨਹੀਂ ਲੋਕ ਸਾਡੇ ਭਾਏ ਵੇ ਸੋਸ਼ਲ ਮੀਡੀਆ ਦੇ, ਉਹ ਤਾਂ ਤੁਹਾਡੇ ਵੀ ਹੋਣਗੇ, ਅਕਾਲੀ ਦਲ ਦੇ ਵੀ ਹੋਣਗੇ, ਹੋਰ ਪਾਰਟੀਆਂ ਦੇ ਵੀ ਨਿਊਟਰਲ ਲੋਕ ਵੀ ਹੋਣਗੇ, ਉਹ ਤੁਹਾਨੂੰ ਵੇਖਦੇ ਸੁਣਦੇ। ਸੋ ਇਹ ਗੱਲਾਂ ਦਾ ਨਾ ਹੁਣ ਕੋਈ ਤੰਤ ਹੈ ਨਹੀਂ ਗਾ ਇਹਨਾਂ ਗੱਲਾਂ ਚ, ਬਸ ਆਰਡਰ ਤੇ ਬਹੁਤ ਸਵਾਲ ਖੜੇ ਕਰਤੇ ਸੁਲਤਾਨਪੁਰ ਲੋਧੀ। ਵੇਖੋ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਇਹਨਾਂ ਲਾ ਐਂਡ ਆਰਡਰ ਦੀ ਸਿਚੁਏਸ਼ਨ ਦੇ ਵਿੱਚ ਮੇਰੇ ਹਿਸਾਬ ਨਾਲ ਕਈ ਸੂਬਿਆਂ ਨਾਲੋਂ ਚੰਗਾ, ਠੀਕ ਹੈ। ਦੂਜੀ ਗੱਲ ਇਹ ਆ ਵੀ ਇਹਨਾਂ ਦੇ ਸਮੇਂ ਕੀ ਹੁੰਦਾ ਰਿਹਾ, ਇਹ ਆਪਦੇ ਸਮੇਂ ਭੁੱਲ ਜਾਂਦੇ ਆ। ਸੋ ਹਰ ਗੱਲ ਤੇ ਸਵਾਲ ਚੁੱਕਣਾ, ਮਤਲਬ ਮੈਨੂੰ ਹੁਣ ਨੋਰਮਲੀ ਗੱਲ ਆ ਵੀ ਸੈਸ਼ਨ ਦੀ ਗੱਲ ਕਰਦੇ ਸੀਗੇ, ਹੁਣ ਵੀ 10 ਦਿਨ ਹੋਣਾ ਚਾਹੀਦਾ, ਜਦੋਂ ਆਪਾਂ 5 ਮਿੰਟ ਵੀ ਸੈਸ਼ਨ ਚ ਬਹਿਣਾ ਨੀ, ਨਾਰੇ ਲਾ ਕੇ ਬਾਹਰ ਆ ਜਾਣਾ, ਤੇ ਫਿਰ ਸੈਸ਼ਨ 10 ਦਿਨ ਦਾ ਹੋਵੇ ਭਾਵੇਂ 1 ਦਿਨ ਦਾ ਫਰਕ ਕੀ ਪੈਣਾ, ਲੋਕਾਂ ਦਾ ਜਿਹੜਾ ਪੈਸਾ ਲੱਗ ਰਿਹਾ ਉਹਦੀ ਖਾਤਰ ਇੱਥੇ ਕੋਈ ਗੱਲ ਤਾਂ ਕਰਨਗੇ, ਨਹੀਂ ਤਾਂ ਨਾਰੇ ਲਾ ਕੇ 5 ਮਿੰਟਾਂ 'ਚ ਬਾਹਰ ਐਵੇਂ 10 ਦਿਨਾਂ ਦਾ ਸੈਸ਼ਨ ਖਰਾਬ ਥੋੜੀ ਕਰਨਾ, ਇਹਨਾਂ ਨੇ ਆਉਣਾ ਹੀ ਨਹੀਂ ਜੀ ਉਸ ਸੈਸ਼ਨ 'ਚ। ਠੀਕ ਹੈ, ਬਹੁਤ ਮਿਹਰਬਾਨੀ। ਸੋ ਜੈਤੋ ਦੇ ਵਿਧਾਇਕ ਕਮੋਲਕ ਸਿੰਘ ਕਹਿੰਦੇ ਵੀ ਮੈਨੂੰ ਪਰਸਨਲੀ ਬਹੁਤ ਖੁਸ਼ੀ ਹੋਊਗੀ ਅਗਰ ਪ੍ਰਤਾਪ ਸਿੰਘ ਬਾਜਵਾ ਸੈਸ਼ਨ ਅਟੈਂਡ ਕਰਦੇ ਨੇ, ਕਹਿੰਦੇ ਬੈਠਣਾ 5 ਮਿੰਟ ਵੀ ਨਹੀਂ ਤੇ 10 ਦਿਨ ਦੇ ਸੈਸ਼ਨ ਦੀ ਜ਼ਿਕਰ ਕਰ ਰਹੇ ਹਾਂ, ਤਾਂ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਵਿਰੋਧੀ ਧਿਰ ਤੇ ਸੱਤਾ ਧਿਰ ਵੱਲੋਂ ਉਠਾਏ ਜਾ ਰਹੇ ਨੇ। ਕੈਮਰਾਮੈਨ ਰੋਸ਼ਨ ਨਾਗ, ਗਗਨ ਸ਼ੁਕਲਾ, ਡੇਲੀ ਪੋਸਟ, ਪੰਜਾਬੀ।